ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਇੱਕ ਹੋਟਲ ਦੇ ਵਿੱਚ ਇੱਕ ਮਰਡਰ ਮਾਮਲਾ ਸਾਹਮਣੇ ਆਇਆ। ਹਾਲਾਂਕਿ ਪੁਲਿਸ ਨੇ ਇਨਫੋਰਮੇਸ਼ਨ ਤੋਂ ਬਾਅਦ ਉੱਥੇ ਜਾ ਕੇ ਪੂਰਾ ਕ੍ਰਾਈਮ ਸੀਨ ਜਾਇਜ਼ਾ ਲਿੱਤਾ। ਇੱਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੂਰਾ ਮਾਮਲਾ ਕੀ ਸੀ, ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਾਫੀ ਬੇਰਹਿਮੀ ਦੇ ਨਾਲ ਉਸ ਨੂੰ ਚਾਕੂ ਦੇ ਨਾਲ ਗੋਤਾ ਤੇ ਉਹਦਾ ਮਰਡਰ ਹੋ ਗਿਆ। ਹਾਲਾਂਕਿ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਹੈ ਸਾਡੇ ਨਾਲ ਸੀਨੀਅਰ ਆਫਿਸਰ ਨੇ ਸਮੀ ਸਰ, ਇਹ ਪੂਰਾ ਮਾਮਲਾ ਕਿੰਨੇ ਵਜੇ ਦਾ ਹੈਗਾ ਤੇ ਪੁਲਿਸ ਨੂੰ ਇਨਫੋਰਮੇਸ਼ਨ ਕੀ ਸੀ? ਇਹ ਸਵੇਰੇ 3 ਵਜੇ ਦਾ ਮਾਮਲਾ, ਸ਼ਿਵਮ ਨਾਂ ਦਾ ਮੁੰਡਾ, ਇਹਨਾਂ ਨੇ ਹੋਟਲ ਬਣਾ ਹੋਟਲ ਦੇ ਵਿੱਚ ਸ਼ਿਵਮ ਤੇ ਗੌਤਮ ਨੇ ਇਹਨਾਂ ਨੇ ਹੋਟਲ ਰੈਂਟ ਤੇ ਲਿਆ ਹੋਇਆ ਸੀ। ਦੋਨੋਂ ਯੂਪੀ ਦੇ ਰਹਿਣ ਵਾਲੇ ਨੇ ਪਿੱਛੋਂ, ਇਹਨਾਂ ਨੂੰ ਹੋਟਲ ਰੈਂਟ ਤੇ ਲਿਆ ਹੋਇਆ ਸੀ ਗਲੈਕਸੀ ਕਰਕੇ। ਇਹਨਾਂ ਦੇ ਆਪਸ ਦੇ ਵਿੱਚ ਕੱਲ ਪੈਸੇ ਸੰਬੰਧੀ ਤਕਰਾਰ ਜਿਹਾ ਹੋਇਆ ਸੀਗਾ, ਕੁਛ ਰੁਪਿਆਂ ਦੇ ਲੈਣ ਦੇਣ ਸੰਬੰਧੀ। ਅੱਜ ਆ ਕੇ ਨੇ ਸਵੇਰੇ 3 ਵਜੇ ਆਪਦੇ ਕੁਛ ਹੋਰ ਸਾਥੀਆਂ ਨਾਲ ਮਿਲ ਕੇ ਇਹਦਾ ਮਰਡਰ ਕਰਤਾ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਸਾਹਮਣੇ ਆਇਆ ਕਿਸ ਤਰ੍ਹਾਂ ਕਿਹੜੇ ਹਥਿਆਰ ਨਾਲ, ਕੋਈ ਵੈਪਨਸ ਨਾਲ ਜਾਂ ਕਿਸ ਤਰ੍ਹਾਂ ਨੇ? ਇਹਨਾਂ ਨੇ ਕਿਰਚ ਦੇ ਨਾਲ ਮਾਰਿਆ ਇਹਨੂੰ। ਠੀਕ ਹੈ, ਕਿੱਥੇ ਕਿੱਥੇ ਇੰਜਰੀ ਜਿਹੜੇ ਹੈਗੀ ਉਹ? ਇਹਦੇ ਸਿਰ ਤੇ ਆ, ਪੇਟ ਤੇ ਨੇ। ਗ੍ਰਿਫਤਾਰੀ ਹੋ ਚੁੱਕੀ ਹੈ ਤੇ ਗੱਡੀ ਜਿਹੜੀ ਯੂਜ ਹੋਈ ਹੈ ਉਸ ਨੂੰ ਵੀ ਰਿਕਵਰ ਕਰ ਲਿਆ। ਹਾਲਾਂਕਿ ਇਹ ਪੂਰਾ ਮਾਮਲਾ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਕਿ ਇਹ ਪੈਸੇ ਦਾ ਲੈਣ ਦੇਣ ਸੀ, ਇਸ ਕਰਕੇ ਆਪਸੀ ਗੱਲਬਾਤ ਹੋਈ, ਪਹਿਲਾਂ ਆਪਸੀ ਇਹਨਾਂ ਦਾ ਵਿਵਾਦ ਹੋਇਆ, ਬਹਿਸਬਾਜ਼ੀ ਹੋਈ ਔਰ ਉਸ ਤੋਂ ਬਾਅਦ ਇਹ ਰਾਤ ਨੂੰ ਕਰੀਬ 3 ਵਜੇ ਇਹ ਗੱਡੀ ਹੈ, ਗੱਡੀ ਵੀ ਤੁਹਾਨੂੰ ਦਿਖਾ ਦਿੰਦੇ ਕਿ ਗੱਡੀ ਯੂਜ ਹੋਈ ਹੈ। ਇਹ ਗੱਡੀ ਬਲੈਕ ਕਲਰ ਦੀ ਸ਼ੈਵਲੋਟ ਕਰੂਜ਼, ਇਹ ਗੱਡੀ ਯੂਜ ਹੋਈ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਪੁਲਿਸ ਵੱਲੋਂ ਤੇ ਇੱਕ ਜਿਹੜਾ ਐਕਿਊਜ਼ਡ ਹੈ ਗੌਤਮ ਉਸ ਨੂੰ ਵੀ ਕਾਬੂ ਕਰ ਲਿਆ ਗਿਆ। ਹਾਲਾਂਕਿ ਕਾਫੀ ਬੇਰਹਿਮੀ ਦੇ ਨਾਲ ਸ਼ਿਵਮ ਸ਼ੁਕਲਾ ਦਾ ਮਰਡਰ ਕੀਤਾ ਗਿਆ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਔਰ ਇਸ ਤੋਂ ਬਾਅਦ ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੌਣ ਕੌਣ ਲੋਕ ਇਨਵੋਲਵ ਸੀਗੇ। ਸਾਰੇ ਆਈਡੈਂਟੀਕਰਨ ਕੀਤੇ ਜਾ ਰਹੇ ਨੇ, ਸਾਰਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਜਲਦੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਏਗਾ। ਲੇਕਿਨ ਹੁਣ ਤੱਕ ਦੀ ਜਾਣਕਾਰੀ ਕਿ ਕਾਫੀ ਬੇਰਹਿਮੀ ਦੇ ਨਾਲ ਸ਼ਿਵਮ ਸ਼ੁਕਲਾ 24 ਸਾਲ ਦਾ ਦੱਸਿਆ ਜਾ ਰਿਹਾ ਉਸਦਾ ਮਰਡਰ ਕੀਤਾ। ਉਹਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਕਾਫੀ ਖੂਨ ਦੇ ਉੱਥੇ ਉਸੀ ਹੋਟਲ ਦੇ ਰੂਮ ਦੇ ਵਿੱਚ ਕਾਫੀ ਖੂਨ ਦੇ ਨਿਸ਼ਾਨ ਵੀ ਨੇ ਜੋ ਕਿ ਪੁਲਿਸ ਹੁਣ ਫੋਰੈਂਸਿਕ ਟੀਮ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਜਿਹਦੇ ਤੇ ਪੂਰਾ ਵਾਰ ਕੀਤਾ ਉਹਨੂੰ ਵੀ ਹੁਣ ਕਬਜ਼ੇ 'ਚ ਲੈਣ 'ਚ ਸਾਰੀ ਤਿਆਰੀਆਂ ਕੀਤੀ ਜਾ ਰਹੀ ਹੈ। ਲੇਕਿਨ ਕਾਫੀ ਬੇਰਹਿਮੀ ਦੇ ਨਾਲ ਇਹ ਮਰਡਰ ਹੋਇਆ ਜਿਸ ਨੂੰ ਲੈ ਕੇ ਹੁਣ ਪੁਲਿਸ 302 ਦਾ ਮਾਮਲਾ ਦਰਜ ਕਰ ਰਹੀ ਹੈ ਤੇ ਹੋਰ ਵੀ ਦੂਜਿਆਂ ਦੀ ਵੀ ਭਾਲ ਲਗਾਤਾਰ ਜਾਰੀ ਹੈ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਇੱਕ ਹੋਟਲ ਦੇ ਵਿੱਚ ਇੱਕ ਮਰਡਰ ਮਾਮਲਾ ਸਾਹਮਣੇ ਆਇਆ। ਹਾਲਾਂਕਿ ਪੁਲਿਸ ਨੇ ਇਨਫੋਰਮੇਸ਼ਨ ਤੋਂ ਬਾਅਦ ਉੱਥੇ ਜਾ ਕੇ ਪੂਰਾ ਕ੍ਰਾਈਮ ਸੀਨ ਜਾਇਜ਼ਾ ਲਿੱਤਾ। ਇੱਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੂਰਾ ਮਾਮਲਾ ਕੀ ਸੀ, ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਾਫੀ ਬੇਰਹਿਮੀ ਦੇ ਨਾਲ ਉਸ ਨੂੰ ਚਾਕੂ ਦੇ ਨਾਲ ਗੋਤਾ ਤੇ ਉਹਦਾ ਮਰਡਰ ਹੋ ਗਿਆ। ਹਾਲਾਂਕਿ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਹੈ ਸਾਡੇ ਨਾਲ ਸੀਨੀਅਰ ਆਫਿਸਰ ਨੇ ਸਮੀ ਸਰ, ਇਹ ਪੂਰਾ ਮਾਮਲਾ ਕਿੰਨੇ ਵਜੇ ਦਾ ਹੈਗਾ ਤੇ ਪੁਲਿਸ ਨੂੰ ਇਨਫੋਰਮੇਸ਼ਨ ਕੀ ਸੀ? ਇਹ ਸਵੇਰੇ 3 ਵਜੇ ਦਾ ਮਾਮਲਾ, ਸ਼ਿਵਮ ਨਾਂ ਦਾ ਮੁੰਡਾ, ਇਹਨਾਂ ਨੇ ਹੋਟਲ ਬਣਾ ਹੋਟਲ ਦੇ ਵਿੱਚ ਸ਼ਿਵਮ ਤੇ ਗੌਤਮ ਨੇ ਇਹਨਾਂ ਨੇ ਹੋਟਲ ਰੈਂਟ ਤੇ ਲਿਆ ਹੋਇਆ ਸੀ। ਦੋਨੋਂ ਯੂਪੀ ਦੇ ਰਹਿਣ ਵਾਲੇ ਨੇ ਪਿੱਛੋਂ, ਇਹਨਾਂ ਨੂੰ ਹੋਟਲ ਰੈਂਟ ਤੇ ਲਿਆ ਹੋਇਆ ਸੀਗਾ ਗਲੈਕਸੀ ਕਰਕੇ। ਇਹਨਾਂ ਦੇ ਆਪਸ ਦੇ ਵਿੱਚ ਕੱਲ ਪੈਸੇ ਸੰਬੰਧੀ ਤਕਰਾਰ ਜਿਹਾ ਹੋਇਆ ਸੀਗਾ, ਕੁਛ ਰੁਪਿਆਂ ਦੇ ਲੈਣ ਦੇਣ ਸੰਬੰਧੀ। ਅੱਜ ਆ ਕੇ ਨੇ ਸਵੇਰੇ 3 ਵਜੇ ਆਪਦੇ ਕੁਛ ਹੋਰ ਸਾਥੀਆਂ ਨਾਲ ਮਿਲ ਕੇ ਇਹਦਾ ਮਰਡਰ ਕਰਤਾ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਸਾਹਮਣੇ ਆਇਆ ਕਿਸ ਤਰ੍ਹਾਂ ਕਿਹੜੇ ਹਥਿਆਰ ਨਾਲ, ਕੋਈ ਵੈਪਨਸ ਨਾਲ ਜਾਂ ਕਿਸ ਤਰ੍ਹਾਂ ਨੇ? ਇਹਨਾਂ ਨੇ ਕਿਰਚ ਦੇ ਨਾਲ ਮਾਰਿਆ ਇਹਨੂੰ। ਠੀਕ ਹੈ, ਕਿੱਥੇ ਕਿੱਥੇ ਇੰਜਰੀ ਜਿਹੜੇ ਹੈਗੀ? ਇਹਦੇ ਸਿਰ ਤੇ ਆ, ਪੇਟ ਤੇ ਨੇ। ਗ੍ਰਿਫਤਾਰੀ ਇਹਦੇ ਵਿੱਚ ਹੁਣ ਤੱਕ ਅਸੀਂ ਇੱਕ ਬੰਦਾ ਗ੍ਰਿਫਤਾਰ ਕਰ ਲਿਆ ਤੇ ਜਿਹੜੀ ਇਹਨਾਂ ਵੱਲੋਂ ਵਰਤੀ ਗਈ ਕਾਰ ਸੀਗੀ
ਉਹ ਗ੍ਰਿਫਤਾਰ ਕਰ ਲਈ। ਬਾਕੀ ਦੋਸ਼ੀਆਂ ਵਾਸਤੇ ਸਾਡੇ ਕੋਲ ਬੜੀ ਸਟਰੋਂਗ ਲੀਡ, ਉਹ ਵੀ ਫੜ ਲੈਣੇ ਨੇ ਅਸੀਂ ਟੀਮਾਂ। ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਏ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਦੇ ਜਿਹੜੇ ਲੋਕ ਨੇ ਜਿਹੜੇ ਵੀ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ? ਉਹ ਹਜੇ ਅਸੀਂ ਵੇਖ ਰਹੇ ਹਾਂ ਜੀ, ਜਸਟ ਅਜੇ ਹੁਣੀ ਫੜਿਆ ਦੋਸ਼ੀ। ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਹੋਰ ਚੀਜ਼ਾਂ, ਪੈਸੇ ਦਾ ਲੈਣ ਦੇਣ ਸੀ ਜਾਂ ਪਹਿਲਾਂ ਤੋਂ ਵੀ ਕੋਈ ਆਪਸੀ? ਨਹੀਂ, ਪੈਸੇ ਦਾ ਲੈਣ ਦੇਣ ਸੀਗਾ ਇਹਨਾਂ ਦਾ ਆਪਸ ਦੇ ਵਿੱਚ। ਸੈਕਸ਼ਨ ਕਿਹੜੇ ਕਿਹੜੇ? 302 IPC। ਗ੍ਰਿਫਤਾਰੀ ਹੋ ਚੁੱਕੀ ਹੈ ਤੇ ਗੱਡੀ ਜਿਹੜੀ ਯੂਜ ਹੋਈ ਹੈ ਉਸਨੂੰ ਵੀ ਰਿਕਵਰ ਕਰ ਲਿਆ। ਹਾਲਾਂਕਿ ਇਹ ਪੂਰਾ ਮਾਮਲਾ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਕਿ ਇਹ ਪੈਸੇ ਦਾ ਲੈਣ ਦੇਣ ਸੀ, ਇਸ ਕਰਕੇ ਆਪਸੀ ਗੱਲਬਾਤ ਹੋਈ, ਪਹਿਲਾਂ ਆਪਸੀ ਇਹਨਾਂ ਦਾ ਵਿਵਾਦ ਹੋਇਆ, ਬਹਿਸਬਾਜੀ ਹੋਈ ਔਰ ਉਸ ਤੋਂ ਬਾਅਦ ਇਹ ਰਾਤ ਨੂੰ ਕਰੀਬ 3 ਵਜੇ ਇਹ ਗੱਡੀ ਹੈ, ਗੱਡੀ ਵੀ ਤੁਹਾਨੂੰ ਦਿਖਾਉਂਦੇ ਨੇ ਕਿ ਗੱਡੀ ਯੂਜ ਹੋਈ ਹੈ। ਇਹ ਗੱਡੀ ਬਲੈਕ ਕਲਰ ਦੀ ਸ਼ੈਵਲੋਟ ਕਰੂਜ਼, ਇਹ ਗੱਡੀ ਯੂਜ਼ ਹੋਈ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਪੁਲਿਸ ਵੱਲੋਂ ਤੇ ਇੱਕ ਜਿਹੜਾ ਐਕਿਊਜ਼ਡ ਹੈ ਗੌਤਮ ਉਸਨੂੰ ਵੀ ਕਾਬੂ ਕਰ ਲਿਆ ਗਿਆ। ਹਾਲਾਂਕਿ ਕਾਫੀ ਬੇਰਹਿਮੀ ਦੇ ਨਾਲ ਸ਼ਿਵਮ ਸ਼ੁਕਲਾ ਦਾ ਮਰਡਰ ਕੀਤਾ ਗਿਆ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਔਰ ਇਸ ਤੋਂ ਬਾਅਦ ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੌਣ ਕੌਣ ਲੋਕ ਇਨਵੋਲਵ ਸੀਗੇ। ਸਾਰੇ ਆਈਡੈਂਟੀਕਰਨ ਕੀਤੇ ਜਾ ਰਹੇ ਨੇ, ਸਾਰਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਜਲਦੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਏਗਾ। ਲੇਕਿਨ ਹੁਣ ਤੱਕ ਦੀ ਜਾਣਕਾਰੀ ਕਿ ਕਾਫੀ ਬੇਰਹਿਮੀ ਦੇ ਨਾਲ ਸ਼ਿਵਮ ਸ਼ੁਕਲਾ 24 ਸਾਲ ਦਾ ਦੱਸਿਆ ਜਾ ਰਿਹਾ ਉਸਦਾ ਮਰਡਰ ਕੀਤਾ, ਉਹਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਕਾਫੀ ਖੂਨ ਦੇ ਉੱਥੇ ਉਸੇ ਹੋਟਲ ਦੇ ਰੂਮ ਦੇ ਵਿੱਚ ਕਾਫੀ ਖੂਨ ਦੇ ਨਿਸ਼ਾਨ ਵੀ ਨੇ ਜੋ ਕਿ ਪੁਲਿਸ ਹੁਣ ਫੋਰੈਂਸਿਕ ਟੀਮ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਜਿਹਦੇ ਤੇ ਇਹ ਪੂਰਾ ਵਾਰ ਕੀਤਾ ਉਹਨੂੰ ਵੀ ਹੁਣ ਕਬਜ਼ੇ 'ਚ ਲੈਣ 'ਚ ਸਾਰੀ ਤਿਆਰੀਆਂ ਕੀਤੀ ਜਾ ਰਹੀ ਹੈ। ਲੇਕਿਨ ਕਾਫੀ ਬੇਰਹਿਮੀ ਦੇ ਨਾਲ ਇਹ ਮਰਡਰ ਹੋਇਆ ਜਿਸ ਨੂੰ ਲੈ ਕੇ ਹੁਣ ਪੁਲਿਸ 302 ਦਾ ਮਾਮਲਾ ਦਰਜ ਕਰ ਰਹੀ ਹੈ ਤੇ ਹੋਰ ਵੀ ਦੂਜਿਆਂ ਦੀ ਵੀ ਭਾਲ ਲਗਾਤਾਰ ਜਾਰੀ ਹੈ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।